ਮੈਨੂੰ ਹਰਾੜੀ ਜਲਕ ਲੱਗਦੀ ਆ ਉਹ ਕਈ ਥਾਂ ਤੇ ਅਜੇ ਵੀ ਧਰਨੇ ਧੁਰਨਿਆਂ ਦੇ ਵਿੱਚ ਜਦੋਂ ਜਾਂਦੇ ਹੋ ਉਹ ਨਾਰੇ ਥੋੜ੍ਹੇ ਟਾਈਮ ਬਾਅਦ ਬਦਲ ਜਾਂਦੇ ਨੇ ਹੱਕ 'ਚ ਹੋ ਜਾਂਦੇ ਨੇ ਇਹ ਪਹਿਲਾਂ ਕਹੀਏ ਵੀ ਵੈਸੇ ਹੀ ਗੁਰੂ ਦੀ ਬਖਸ਼ਿਸ਼ ਹੈ ਜਾਂ ਇੱਕ ਇਹ ਹੈ ਵੀ ਗੁਰਮੰਤਰ ਪਤਾ ਗੋਗੀ ਨੂੰ ਵੀ ਆਖਰਕਾਰ ਬੰਦੇ ਠੀਕ ਕਿਵੇਂ ਕਰ ਅਸੀਂ ਵਾਅਦੇ ਜੋ ਕਰਦੇ ਹਾਂ ਜੋ ਮਤਲਬ ਕਮਿਟਮੈਂਟ ਕਰਦੇ ਹਾਂ ਜੇ ਅਸੀਂ ਉੱਥੇ ਖਰੇ ਨਹੀਂ ਉਤਰਦੇ ਫਿਰ ਅਸੀਂ ਵਰਤ ਕੇ ਲਾਉਂਦੇ ਅਤੇ ਐਮ ਐਲ ਏ ਬਣਨ ਦੇ ਹੱਕਦਾਰ ਜਦੋਂ ਤੁਹਾਡੀ ਨੀਅਤ ਸਾਫ਼ ਹੋਵੇ ਜਦੋਂ ਤੁਹਾਨੂੰ ਪਤਾ ਹੋਵੇ ਵੀ ਅਸੀਂ ਇੱਥੇ ਕਿਤੇ ਵੀ ਕੋਈ ਧਰਨਾ ਹੈ ਸਾਨੂੰ ਉਹਨਾਂ ਦੀ ਪ੍ਰੋਬਲਮਸ ਪਤਾ ਅਸੀਂ ਇਮੀਡੀਏਟ ਉੱਥੇ ਪਹੁੰਚਦੇ ਹਾਂ ਜੋ ਉਹਨਾਂ ਦੀ ਆਰਾਮ ਨਾਲ ਗੱਲ ਸੁਣੀ ਉਹਨਾਂ ਕਹਿੰਦਾ ਭਾਈ ਧਰਨਿਆਂ ਦਾ ਹੱਲ ਨਹੀਂ ਟੇਬਲ ਟੋਪ ਕਰੋ ਤੁਹਾਡਾ ਹੱਲ ਹੋਊ ਦੇਖੋ ਟੈਂਕੀਆਂ 'ਤੇ ਚੜ੍ਹ ਜਾਂਦੇ ਸੀ ਰੇਲਵੇ ਲਾਈਨਾਂ 'ਤੇ ਲਿਟ ਜਾਂਦੇ ਸੀ ਸੜਕਾਂ ਰੋਕ ਲਾਉਂਦੇ ਟਾਇਰ ਗਲਾ ਚਵਾ ਕੇ ਅੱਗ ਲਾਉਂਦੇ ਮਤਲਬ ਇਹ ਚੀਜ਼ਾਂ ਹੁਣ ਨਹੀਂ ਹੈਗੀਆਂ ਯੂਪੀ ਹੋਣ ਲੱਗ ਗਈ ਸੀ ਵੀ ਲੁਧਿਆਣੇ ਇੰਡਸਟਰੀ ਸ਼ਿਫਟ ਹੋਣਾ ਚਾਹੁੰਦੀ ਹੈ ਯੂਪੀ ਵਾਸਤੇ ਉਦੋਂ ਕੋਈ ਫਿਰ ਤਾਲਮੇਲ ਬਿਠਾਇਆ ਫਿਰ ਕਰਨ ਦੀ ਕਿਹੜੇ ਲੋਕ ਜਾਣਾ ਚਾਹੁੰਦੇ ਸੀਗੇ ਕਿਉਂ ਕੀ ਪਰੇਸ਼ਾਨੀਆਂ ਸੀ ਉਹਨਾਂ ਦਾ ਹੱਲ ਹੋ ਸਕੇ ਉਹ ਇੰਡਸਟਰੀਆਂ ਜਿਹੜੀ ਸਰਕਾਰਾਂ ਚਲਾਉਂਦੀ ਹੈ ਟੈਕਸ ਦਿੰਦੀ ਹੈ ਵੈਟ ਦਿੰਦੀ ਹੈ ਜੀ ਐਸ ਟੀ ਦਿੰਦੀ ਹੈ ਇਨਕਮ ਟੈਕਸ ਦਿੰਦੀ ਹੈ ਇਹ ਉਹ ਇੰਡਸਟਰੀ ਆ ਜਿਹੜੀ ਤੁਹਾਨੂੰ ਇੰਪਲੋਇਮੈਂਟ ਜਨਰੇਟ ਕਰਦੀ ਆ ਰੁਜ਼ਗਾਰ ਦਿੰਦੀ ਆ ਲੋਕਾਂ ਨੂੰ ਇਹ ਇੰਡਸਟਰੀ ਜਿਹੜੀ ਪ੍ਰੋਡਕਸ਼ਨ ਕਰਦੀ ਆ ਹਰ ਚੀਜ਼ ਦੀ ਜੋ ਲੋਕਾਂ ਦੀ ਡਿਮਾਂਡ ਆ ਬਣਾ ਕੇ ਦਿੰਦੀ ਹੈ ਮਤਲਬ ਇਹ ਇੰਡਸਟਰੀ ਅਸੀਂ ਕਿੱਥੇ ਜਾਣ ਦੇਵਾਂਗੇ ਗੱਲ ਕੀਤੀ ਸੀ ਬਿਹਾਰ ਦੀ ਗੱਲ ਕੀਤੀ ਉੱਥੋਂ ਦੇ ਤਾਂ ਆ ਕੇ ਲੋਕ ਸਾਡੇ ਇੱਥੇ ਇੰਡਸਟਰੀਆਂ 'ਚ ਕੰਮ ਕਰ ਰਹੇ ਨੇ ਉਹ ਇਹ ਕਿਉਂ ਜਾਣਗੇ ਉੱਥੇ ਤੁਹਾਡੀ ਗੱਲ ਕਰ ਲਈਏ ਤਾਂ ਤੁਹਾਡੇ ਉੱਥੇ ਦੇ ਜੇ ਹੁਣ ਭਾਰਤ ਭੂਸ਼ਣ ਆਸ਼ੂ ਕਿੰਨਾ ਸਮਾਂ ਅੰਦਰ ਵੀ ਰਿਹਾ ਹੈ ਉਹਦੇ ਵਿੱਚ ਵੀ ਕਾਂਗਰਸ ਦਾ ਇਹ ਕਹਿਣਾ ਸੀ ਵੀ ਇੱਕ ਸਟੰਟਬਾਜ਼ੀ ਸੀ ਜੀ ਆਖਰਕਾਰ ਨਹੀਂ ਅਦਰਵਾਈਜ਼ ਉਹਨਾਂ ਦੇ ਦੋ ਸਾਬਤ ਨਹੀਂ ਅਸੀਂ ਆਪਣਾ ਘਰ ਪਹਿਲਾਂ ਸਾਫ਼ ਕਰਾਂਗੇ ਤਾਂ ਹੀ ਦੂਜੇ ਦੇ ਗੁਆਂਢੀ ਨੂੰ ਸਾਫ਼ ਕਰਾਂਗੇ ਨਾ ਅਸੀਂ ਤਾਂ ਪਹਿਲਾਂ ਆਪਣਾ ਵੀ ਘਰ ਨਾਲ ਜਿੱਥੇ ਸਾਨੂੰ ਸਾਡੇ ਘਰ 'ਚ ਕਿਤੇ ਗੜਬੜ ਲੱਗਦੀ ਹੈ ਤਾਂ ਪਹਿਲਾਂ ਆਪਣੇ ਵਿੱਚ ਝਾੜੂ ਫੇਰੀ ਜਾਂਦੇ ਹਾਂ ਇਹਨੇ ਤਾਂ ਫੇਰਨਾ ਹੀ ਫੇਰਨਾ ਇਹਦਾ ਚੰਗੀ ਤਰ੍ਹਾਂ ਪੋਚਾ ਵੀ ਲਾਵਾਂਗੇ ਪਰ ਅਸੀਂ ਆਪਣਾ ਝਾੜੂ ਫੇਰ ਕੇ ਰੱਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਰਕਾਰ ਦੇ ਜਿਹੜੇ ਕੰਮਕਾਰ ਦੇਖਦੇ ਹਾਂ ਤਾਂ ਕਈ ਚੀਜ਼ਾਂ ਨੂੰ ਲੈ ਕੇ ਇਸ ਤਰ੍ਹਾਂ ਦੇ ਨਾਲ ਸਿਸਟਮ ਬਦਲੇ ਕਿ ਆਖਰਕਾਰ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀ ਸਹੂਲਤ ਮਿਲੇ ਚਾਹੇ ਗੱਲ ਹੋਵੇ ਤਹਿਸੀਲਾਂ ਨੂੰ ਲੈ ਕੇ ਜਿਵੇਂ ਕੁਝ ਦਿਨ ਪਹਿਲਾਂ ਫੈਸਲਾ ਹੋਇਆ ਤਾਂ ਸ਼ਿਕਾਇਤੀ ਨੰਬਰ ਵੀ ਜਾਰੀ ਕਰਿਆ ਦੂਜੇ ਪਾਸੇ ਗੱਲ ਇਹ ਵੀ ਸੀ ਕਿ ਆਖਰਕਾਰ ਕਿਸਾਨਾਂ ਨੂੰ ਵੀ ਜਿਹੜਾ ਹੈ ਫਸਲੀ ਬੀਮਾ ਯੋਜਨਾ ਦੀ ਹਾਲਾਂਕਿ ਮੀਟਿੰਗਾਂ ਹੋਈਆਂ ਉਹ ਹਜੇ ਲਾਗੂ ਹੋਣੀਆਂ ਰਹਿੰਦੀਆਂ ਨੇ ਪਰ ਖੈਰ ਜੇ ਅਸੀਂ ਸ਼ਹਿਰੀ ਖੇਤਰਾਂ ਦੀ ਜਦੋਂ ਗੱਲ ਕਰਦੇ ਹਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਆਉਂਦੀ ਹੈਗੀ ਆਮ ਤੌਰ 'ਤੇ ਲੋਕਾਂ ਦੇ ਵਾਹ ਕਿੱਥੇ ਪੈਂਦੇ ਨੇ ਚਾਹੇ ਗੱਲ ਹੋਵੇ ਆਰ ਟੀ ਓ ਆਫਿਸ ਦੀ ਗੱਲ ਹੋਵੇ ਚਾਹੇ ਡੀ ਸੀ ਕੰਪਲੈਕਸਾਂ ਦੀ ਗੱਲ ਹੋਵੇ ਜਾਂ ਫਿਰ ਜਮੀ ਮਿਊਨਸੀਪਲਟੀ ਦੀ ਗੱਲ ਹੋਵੇ ਪਰ ਗੱਲ ਜਦੋਂ ਇਹ ਹੈ ਵੀ ਲੋਕਾਂ ਨੂੰ ਉੱਥੇ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਮੁਕਤ ਸਿਸਟਮ ਮਿਲਣ ਲੱਗ ਜੇ ਤਾਂ ਕਈ ਥਾਂ 'ਤੇ ਤਾਂ ਹੋ ਗਿਆ ਕਈ ਥਾਂ 'ਤੇ ਫਿਰ ਆਖਰਕਾਰ ਕਰਾਉਣਾ ਪਿਆ ਅਜਿਹੀ ਧਾਕੜਾ ਮੇਲਿਆਂ 'ਚੋਂ ਗੋਗੀ ਜੀ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਗੋਗੀ ਜੀ ਥੋੜ੍ਹੀਆਂ ਤਸਵੀਰਾਂ ਬਹੁਤ ਦੇਖਦੇ ਰਹਿੰਦੇ ਹਾਂ ਅਸੀਂ ਹਰ ਵਾਰੀ ਅਤੇ ਕਈ ਥਾਂ 'ਤੇ ਗਰਮ ਵੀ ਹੋ ਜਾਂਦੇ ਹੋ ਕਈ ਥਾਂ 'ਤੇ ਜੇ ਦੇਖਿਆ ਜਾਵੇ ਤੁਸੀਂ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਹਰਾੜੀ ਜਲਕ ਲੱਗਦੀ ਆ ਉਹ ਕਈ ਥਾਂ 'ਤੇ ਅਜੇ ਵੀ ਧਰਨੇ ਧੁਰਨਿਆਂ ਦੇ ਵਿੱਚ ਜਦੋਂ ਜਾਂਦੇ ਹੋ ਉਹ ਨਾਰੇ ਥੋੜ੍ਹੇ ਟਾਈਮ ਬਾਅਦ ਬਦਲ ਜਾਂਦੇ ਨੇ ਹੱਕ 'ਚ ਹੋ ਜਾਂਦੇ ਨੇ ਇਹ ਪਹਿਲਾਂ ਕਹੀਏ ਵੀ ਵੈਸੇ ਹੀ ਗੁਰੂ ਦੀ ਬਖਸ਼ਿਸ਼ ਹੈ ਜਾਂ ਇੱਕ ਇਹ ਹੈ ਵੀ ਗੁਰਮੰਤਰ ਪਤਾ ਗੋਗੀ ਨੂੰ ਵੀ ਆਖਰਕਾਰ ਬੰਦੇ ਠੀਕ ਕਿਵੇਂ ਕਰਨੇ ਦੇਖੋ ਗੱਲ ਇਹ ਆ ਵੀ ਇਹ ਸੰਗਤ ਦਾ ਪ੍ਰਤਾਪ ਆ ਅਸੀਂ ਵਾਅਦੇ ਜੋ ਕਰਦੇ ਹਾਂ ਜੋ ਮਤਲਬ ਕਮਿਟਮੈਂਟ ਕਰਦੇ ਹਾਂ ਜੇ ਅਸੀਂ ਉੱਥੇ ਖਰੇ ਨਹੀਂ ਉਤਰਦੇ ਫਿਰ ਅਸੀਂ ਵਰਤ ਕੇ ਲਾਉਂਦੇ ਅਤੇ ਐਮ ਐਲ ਏ ਬਣਨ ਦੇ ਹੱਕਦਾਰ ਨਹੀਂ ਹੈ ਇੱਕ ਜ਼ੁਬਾਨ ਆ 2.5 ਇੰਚ ਦੀ ਪਰਮਾਤਮਾ ਨੇ ਦਿੱਤੀ ਇਹੀ ਬੰਦੇ ਨੂੰ ਨੀਚੇ ਲੈ ਜਾਂਦੀ ਇਹੀ ਬੰਦੇ ਨੂੰ ਅਰਸ਼ 'ਤੇ ਲੈ ਜਾਂਦੀ ਇਹੀ ਫਰਸ਼ 'ਤੇ ਲੈ ਜਾਂਦੀ ਆ ਜਦੋਂ ਤੁਹਾਡੀ ਨੀਅਤ ਸਾਫ਼ ਹੋਵੇ ਜਦੋਂ ਤੁਹਾਨੂੰ ਪਤਾ ਹੋਵੇ ਵੀ ਅਸੀਂ ਇੱਥੇ ਕਿਤੇ ਵੀ ਕੋਈ ਧਰਨਾ ਹੈ ਸਾਨੂੰ ਉਹਨਾਂ ਦੀ ਪ੍ਰੋਬਲਮਸ ਪਤਾ ਅਸੀਂ ਇਮੀਡੀਏਟ ਉੱਥੇ ਪਹੁੰਚਦੇ ਹਾਂ ਜੋ ਉਹਨਾਂ ਦੀ ਆਰਾਮ ਨਾਲ ਗੱਲ ਸੁਣੀ ਦੀ ਉਹਨੂੰ ਕਹਿੰਦਾ ਭਾਈ ਧਰਨਿਆਂ ਦਾ ਹੱਲ ਨਹੀਂ ਟੇਬਲ ਟੋਕ ਕਰੋ ਤੁਹਾਡਾ ਹੱਲ ਹੋਊਗਾ ਜਿੰਨੇ ਮਰਜ਼ੀ ਧਰਨੇ ਲੱਗੇ ਭਾਵੇਂ ਗੜਵਾਸੂ 'ਚ ਲੱਗੇ ਭਾਵੇਂ ਪੀ ਆਈ ਯੂ 'ਚ ਲੱਗੇ ਭਾਵੇਂ ਮੁਲਾਜ਼ਮ ਏਕਤਾ ਦੇ ਲੱਗੇ ਭਾਵੇਂ ਮਿਊਂਸੀਪਲ ਕਾਰਪੋਰੇਸ਼ਨ 'ਚ ਲੱਗੇ ਭਾਵੇਂ ਇੰਪਰੂਵਮੈਂਟ 'ਚ ਲੱਗੇ ਜਿੱਥੇ ਵੀ ਧਰਨੇ ਲੱਗੇ ਨੇ ਅਸੀਂ ਉੱਥੇ ਜਾਂਦੇ ਹਾਂ ਉੱਥੋਂ ਦੀ ਉਹਨਾਂ ਦੀ ਗੱਲਬਾਤ ਸੁਣ ਕੇ ਉਹਨਾਂ ਦਾ ਮੈਮੋਰੈਂਡਮ ਲੈ ਕੇ ਇੱਥੇ ਹਾਈ ਕਮਾਂਡ ਕੋਲ ਆਉਂਦੇ ਹਾਂ ਜਿਹੜੇ ਵੀ ਮਤਲਬ ਡੀਲਿੰਗ ਹੈਂਡ ਮਿਨਿਸਟਰਸ ਨੇ ਪ੍ਰਿੰਸੀਪਲ ਸੈਕਟਰੀਜ਼ ਨੇ ਜਾਂ ਮਾਣਯੋਗ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਦਾ ਮਸਲਾ ਹੈਗਾ ਅਸੀਂ ਉਹਨਾਂ ਤੱਕ ਉਹ ਗੱਲ ਪਹੁੰਚਾਉਂਦੇ ਹਾਂ ਇੱਕ ਚੀਜ਼ ਮੈਂ ਹੋਰ ਦੇਖੀ ਕਿਉਂਕਿ ਆਮ ਤੌਰ 'ਤੇ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੂੰ ਆਸ਼ਵਾਸਨ ਦੇਣਾ ਜਾਂ ਗੱਲਬਾਤ ਕਰਨੀ ਤਾਂ ਚਲੋ ਉਹ ਪਹਿਲਾਂ ਵੀ ਲੀਡਰ ਕਰਦੇ ਆਏ ਨੇ ਮੇਰੇ ਯਾਦ ਹੈ ਕਿ ਨਾ ਇੱਕ ਵਾਰੀ ਨਰਸਾਂ ਦਾ ਖਾਸਾ ਰੌਲਾ ਪਿਆ ਸੀ ਤੁਸੀਂ ਗਏ ਵੀ ਉਲਟਾ ਉਹਨਾਂ ਨੂੰ ਲੈ ਕੇ ਵੀ ਆਏ ਨਾਲ ਮਸਲਾ ਹੱਲ ਕਰਾ ਕੇ ਉਹਨਾਂ ਦੇ ਉਹੀ ਜਿਹੜੇ ਲੋਕ ਸੀ ਵਿਰੋਧ ਕਰਦੇ ਸੀਗੇ ਉਹ ਹੱਕ 'ਚ ਬੋਲਦੇ ਨਜ਼ਰ ਆਏ ਯਾਨੀ ਕਿ ਇਕੱਲਾ ਸਿਰਫ ਇਹ ਨਹੀਂ ਹੈਗਾ ਵੀ ਉਹਨਾਂ ਤੋਂ ਚਿੱਠੀ ਫੜੀ ਜੀ ਕਿਉਂਕਿ ਹੁਣ ਤੱਕ ਪੁਰਾਣਾ ਹੁੰਦਾ ਹੀ ਆਇਆ ਅਤੇ ਲੋਕ ਵੀ ਇਹ ਗੱਲ ਕਹਿੰਦੇ ਨੇ ਵੀ ਇਹਨੇ ਕਿਹੜਾ ਯਾਰ ਜਾ ਕੇ ਕੰਮ ਕਰਨਾ ਉਹ ਚੀਜ਼ਾਂ ਨੂੰ ਆਖਿਰ ਤੱਕ ਲੈ ਕੇ ਗਏ ਵੀ ਹਾਂ ਜੇ ਕਿਸੇ ਜਥੇਬੰਦੀ ਦਾ ਕੋਈ ਮਸਲਾ ਸੀ ਉਹਨੂੰ ਹੱਲ ਤੱਕ ਲੈ ਕੇ ਜਾਈਏ ਦੇਖੋ ਗੱਲ ਇਹ ਆ ਜਿਹੜੀ ਸਾਡੀ ਸੰਗਤ ਆ ਇਹ ਸਾਡੀ ਟੀਚਰ ਆ ਫਸਟ ਆਫ ਆਲ ਜਦੋਂ ਟੀਚਰ ਕੋਈ ਤੁਹਾਨੂੰ ਹੋਮਵਰਕ ਦਿੰਦਾ ਕਲਾਸ ਵਰਕ ਦਿੰਦਾ ਅਤੇ ਜੇ ਤੁਸੀਂ ਫਸਟ ਆਉਣਾ ਕਲਾਸ ਦੇ ਵਿੱਚ ਅਵਲ ਆਉਣਾ ਅਤੇ ਤੁਹਾਨੂੰ ਟੀਚਰ ਦਾ ਕਹਿਣਾ ਮੰਨਣਾ ਪਊਗਾ ਅਤੇ ਉਹਦਾ ਹੋਮਵਰਕ ਕਰਕੇ ਭਾਵੇਂ ਕਲਾਸ ਵਰਕ ਹੋਵੇ ਭਾਵੇਂ ਹੋਮਵਰਕ ਹੋਵੇ ਉਹ ਤੁਹਾਨੂੰ ਕਰਕੇ ਡੈਸਕ 'ਤੇ ਰੱਖਣਾ ਪਏਗਾ ਤਾਂ ਹੀ ਤੁਸੀਂ ਅਵਲ ਦਰਜੇ 'ਚ ਆ ਸਕਦੇ ਹੋ ਉਹੀ ਇੱਕ ਸਿਸਟਮ ਸਾਡਾ ਹੈਗਾ
ਲੁਧਿਆਣੇ ਦੇ ਕੰਮ ਆ ਲੁਧਿਆਣੇ ਆਫੀਸਰਸ ਨੂੰ ਇਮੀਡੀਏਟ ਮੀਟਿੰਗ ਕਰੀ ਦੀ ਹੈਗੀ ਆ ਉੱਥੇ ਜਾ ਕੇ ਆਪਣੇ ਨਾਲ ਉਹਨਾਂ ਦੇ ਲੋਕਾਂ ਨੂੰ ਨਾਲ ਲੈ ਕੇ ਜਾਣਾ ਤਾਂ ਕਿ ਉਹਨਾਂ ਦੇ ਸਾਹਮਣੇ ਗੱਲ ਹੋਵੇ ਪਾਰਦਰਸ਼ੀ ਗੱਲ ਹੋਵੇ ਉਹਨਾਂ ਨੂੰ ਪਤਾ ਲੱਗੇ ਵੀ ਵਾਕਈ ਵੀ ਇੱਕ ਜੋ ਜ਼ਿੰਮੇਵਾਰ ਬੰਦਾ ਹੈ ਜਿਹਨੂੰ ਜ਼ਿੰਮੇਵਾਰੀ ਸੌਂਪੀ ਆ ਕੀ ਆਇਆ ਉਹ ਸਹੀ ਸਾਡੇ ਨਾਲ ਮਤਲਬ ਸਾਨੂੰ ਕੋਈ ਲੋਲੀਪੌਪ ਜਾਂ ਸਾਨੂੰ ਝੂਠੇ ਲੱਡੂ ਤਾਂ ਨਹੀਂ ਖਵਾ ਰਿਹਾ ਉਹਨਾਂ ਦੇ ਸਾਹਮਣੇ ਆਫੀਸਰਸ ਦੇ ਸਾਹਮਣੇ ਬਿਠਾ ਕੇ ਕਮਿਟਮੈਂਟਸ ਲੈ ਕੇ ਫੌਰੀ ਤੌਰ ਤੇ ਉਹਨਾਂ ਦਾ ਹੱਲ ਕੱਢੀ ਦਾ ਜੇ ਕੋਈ ਪਾਲਿਸੀ ਮੈਟਰ ਹੋਣ ਚੰਡੀਗੜ੍ਹ ਆਈਦਾ ਇੱਥੇ ਆ ਕੇ ਮਾਨਯੋਗ ਜਿੰਨੇ ਸਾਡੇ ਮਿਨਿਸਟਰਸ ਨੇ ਪ੍ਰਿੰਸੀਪਲ ਸੈਕਟਰੀ ਨੇ ਸਰਕਾਰ ਤੱਕ ਗੱਲ ਪਹੁੰਚਾਈਦੀ ਹੈਗੀ ਆ ਉਹਨਾਂ ਦਾ ਗੱਲ ਕਰਕੇ ਉਹਦੀ ਪਾਲਿਸੀ ਜੇ ਕੋਈ ਅਮੈਂਡਮੈਂਟ ਹੋਣ ਵਾਲੀ ਆ ਪਾਲਿਸੀ ਦੀ ਅਮੈਂਡਮੈਂਟ ਕਰਵਾਈ ਦੀ ਜੇ ਕੋਈ ਨਵੀਂ ਪਾਲਿਸੀ ਬਣਾਉਣ ਵਾਲੀ ਕਰਕੇ ਤਾਂ ਕਿ ਉਹ ਲੋਕਾਂ ਨੂੰ ਉਹ ਬਣਦਾ ਹੱਕ ਜੋ ਉਹਨਾਂ ਦਾ ਹੈਗਾ ਜੋ ਕਿ ਪਿਛਲੀਆਂ ਸਰਕਾਰਾਂ ਨੇ ਦਿੱਤਾ ਨਹੀਂ ਜੋ ਲੋਕ ਤੁਸੀਂ ਦੇਖੋ ਟੈਂਕੀਆਂ ਤੇ ਚੜ੍ਹ ਜਾਂਦੇ ਸੀ ਰੇਲਵੇ ਲਾਈਨਾਂ ਤੇ ਲਿਟ ਜਾਂਦੇ ਸੀ ਸੜਕਾਂ ਰੋਕ ਲਾਉਂਦੇ ਟਾਇਰ ਗਲਾਂ 'ਚ ਪਾ ਕੇ ਅੱਗ ਲਾਉਂਦੇ ਮਤਲਬ ਇਹ ਚੀਜ਼ਾਂ ਹੁਣ ਨਹੀਂ ਹੈਗੀਆਂ ਉਹਦਾ ਕਾਰਨ ਕੀ ਆ ਵੀ ਸਾਡੇ ਜਿੰਨੇ ਮਾਨਯੋਗ MLA ਸਾਹਿਬਾਂ ਨੇ ਮਿਨਿਸਟਰ ਨੇ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਆਪ ਉਹ ਡੋਰ ਟੂ ਡੋਰ ਤੱਕ ਤੁਰੇ ਫਿਰਦੇ ਨੇ ਪਿੱਛੇ ਤੁਸੀਂ ਦੇਖੋ PSU ਦੇ ਵਿੱਚ ਜਦੋਂ ਸੰਗਤ ਦਰਸ਼ਨ ਹੋਈ ਕਿਸਾਨ ਮੇਲੀ ਮਿਲਣੀ ਹੋਈ ਕਿਸਾਨ ਮਿਲਣੀ 'ਚ ਉਹਨਾਂ ਨੇ ਇੱਕ ਇੱਕ ਸਟਾਲ ਤੇ ਗਏ ਭਾਵੇਂ ਉਹ ਕੀ ਕਹਿੰਦੇ ਕੋਈ ਪੋਲਟਰੀ ਦਾ ਸੀਗਾ ਭਾਵੇਂ ਬੀਜਾਂ ਦਾ ਸੀ ਭਾਵੇਂ ਪੈਸਟੀਸਾਈਡ ਕਿਸੇ ਤਰੀਕੇ ਦਾ ਸੀ ਸਾਰਿਆਂ ਨੂੰ ਪੁੱਛਿਆ ਵੀ ਤੁਹਾਨੂੰ ਦੱਸੋ ਕੀ ਕੀ ਚਾਹੀਦੀ ਤੁਹਾਨੂੰ ਕੀ ਕੀ ਲੋੜ ਆ ਸਰਕਾਰ ਤੋਂ ਕਿੱਦਾਂ ਦੀ ਮਦਦ ਚਾਹੀਦੀ ਆ ਉਸੇ ਤਰੀਕੇ ਨਾਲ ਸਾਰੀ ਐਗਰੀਕਲਚਰ ਪਾਲਿਸੀ ਬਣਾਈ ਗਈ ਆ ਇਸੇ ਤਰੀਕੇ ਨਾਲ ਹੀ ਜਦੋਂ ਸਰਕਾਰ ਆਪਕੇ ਦੁਆਰ ਦੇ ਵਾਂਗੂ ਜਿਵੇਂ ਮਾਨ ਸਾਹਿਬ ਕੰਮ ਕਰਦੇ ਹਾਂ ਅਸੀਂ ਉਹਨਾਂ ਦੇ ਸੱਚੇ ਸਿਪਾਹੀ ਆ ਉਹਨਾਂ ਦੀ ਕਮਾਂਡ ਥੱਲੇ ਅਸੀਂ ਕੰਮ ਕਰਦੇ ਹਾਂ ਉਹਨਾਂ ਦੇ ਮਾਰਗ ਦਰਸ਼ਨ ਦੇ ਨਾਲ ਹੀ ਅਸੀਂ ਚੱਲ ਰਹੇ ਹਾਂ ਜਿੱਦਾਂ ਜਿੱਦਾਂ ਉਹ ਕੰਮ ਕਰ ਰਿਹਾ ਸਾਨੂੰ ਵੀ ਉਹਨਾਂ ਤੋਂ ਹੋਰ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਉਸੇ ਤਰੀਕੇ ਨਾਲ ਅਸੀਂ ਵੀ ਲੋਕਾਂ 'ਚ ਜਾਂਦੇ ਹਾਂ ਲੋਕਾਂ ਦੇ ਕੰਮ ਕਰਦੇ ਹਾਂ ਲੋਕਾਂ ਨੂੰ ਗੱਲ ਕਰਦੇ ਹਾਂ ਜਿਹੜੇ ਕੰਮ ਅਸੀਂ CM ਸਾਹਿਬ ਕੋਲ ਲੈ ਕੇ ਆਉਂਦੇ ਹਾਂ ਉਹ ਫੌਰੀ ਤੌਰ ਤੇ ਬੜੇ ਸੀਰੀਅਸ ਸਮਝ ਕੇ ਉਸ ਗੱਲ ਨੂੰ ਸੁਣਦੇ ਆ ਸੁਣ ਕੇ ਨਾਲ ਹੀ ਉਹਨੂੰ ਇੰਪਲੀਮੈਂਟ ਕਰਦੇ ਆ ਲਾਗੂ ਕਰਦੇ ਆ ਪਰ ਇੱਕ ਚੀਜ਼ ਹੋਰ ਹੈ ਜਿਵੇਂ ਤੁਸੀਂ ਹੁਣ ਲੁਧਿਆਣੇ ਤੋਂ ਆਉਣੇ ਹੋ ਪਿੱਛੇ ਜੇ ਬਹੁਤ ਰੌਲਾ ਪਿਆ ਸੀਗਾ ਖੈਰ ਹੁਣ ਤਾਂ ਜੇ ਦੇਖਿਆ ਜਾਵੇ ਉਹਦਾ ਕੀ ਸਟੇਟਸ ਆ ਤੁਸੀਂ ਬਿਹਤਰ ਦੱਸ ਸਕਦੇ ਹੋ ਇੰਡਸਟਰੀ ਨੂੰ ਲੈ ਕੇ ਹੋਇਆ ਸੀ UP ਹੋਣ ਲੱਗ ਗਈ ਸੀ ਵੀ ਜੀ ਲੁਧਿਆਣੇ ਇੰਡਸਟਰੀ ਸ਼ਿਫਟ ਹੋਣਾ ਚਾਹੁੰਦੀ ਹੈ UP ਵਾਸਤੇ ਉਦੋਂ ਕੋਈ ਫਿਰ ਤਾਲਮੇਲ ਬਿਠਾਇਆ ਆਖਰਕਾਰ ਵੀ ਕਿਹੜੇ ਲੋਕ ਜਾਣਾ ਚਾਹੁੰਦੇ ਸੀਗੇ ਕਿਉਂ ਕੀ ਪਰੇਸ਼ਾਨੀ ਸੀ ਉਹਨਾਂ ਦਾ ਹੱਲ ਹੋ ਸਕੇ ਕਿ ਆਖਰਕਾਰ ਕਿਉਂਕਿ ਇੰਡਸਟਰੀਲਿਸਟ ਨੂੰ ਜਾਣਾ ਕੋਈ ਐਡਾ ਸੌਖਾ ਨਹੀਂ ਪਰ ਹਾਂ ਜੇ ਉਹਨੂੰ ਹੱਲ ਮਿਲ ਜੇ ਤਾਂ ਉਦੋਂ ਬਿਹਤਰ ਹੁੰਦਾ ਦੇਖੋ ਗੱਲ ਇਹ ਆ ਸਾਡੀ ਜਿਹੜੀ ਪੰਜਾਬ ਦੇ ਵਿੱਚ ਇੰਡਸਟਰੀ ਆ ਸਾਡੀ ਰੀੜ ਦੀ ਹੱਡੀ ਆ ਇਹ ਉਹ ਇੰਡਸਟਰੀ ਆ ਜਿਹੜੀ ਸਰਕਾਰਾਂ ਚਲਾਉਂਦੀ ਆ ਟੈਕਸ ਦਿੰਦੀ ਆ ਵੈਟ ਦਿੰਦੀ ਆ GST ਦਿੰਦੀ ਆ ਇਨਕਮ ਟੈਕਸ ਦਿੰਦੀ ਆ ਇਹ ਉਹ ਇੰਡਸਟਰੀ ਆ ਜਿਹੜੀ ਤੁਹਾਨੂੰ ਇੰਪਲੋਇਮੈਂਟ ਜਨਰੇਟ ਕਰਦੀ ਆ ਰੁਜ਼ਗਾਰ ਦਿੰਦੀ ਆ ਲੋਕਾਂ ਨੂੰ ਇਹ ਇੰਡਸਟਰੀ ਜਿਹੜੀ ਪ੍ਰੋਡਕਸ਼ਨ ਕਰਦੀ ਆ ਹਰ ਚੀਜ਼ ਦੀ ਜੋ ਲੋਕਾਂ ਦੀ ਡਿਮਾਂਡ ਆ ਬਣਾ ਕੇ ਦਿੰਦੀ ਆ ਮਤਲਬ ਇਹ ਇੰਡਸਟਰੀ ਅਸੀਂ ਕਿੱਥੇ ਜਾਣ ਦੇਵਾਂਗੇ ਤੇ ਨਾ ਹੀ ਇਹ ਇੰਡਸਟਰੀ ਜਾਣਾ ਉਹਦਾ ਕਾਰਨ ਆ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਔਰ ਇੱਥੇ ਇਹਦੇ ਲੋਕ ਉੱਨਤ ਨੇ ਮਿਹਨਤਕਸ਼ ਨੇ ਲੋਕ ਕੰਮ ਕਰਦੇ ਨੇ ਕੰਮ ਕਰਨਾ ਪਸੰਦ ਕਰਦੇ ਨੇ ਠੀਕ ਹੈ ਬਾਹਰਲੇ ਸੂਬਿਆਂ ਵਾਂਗੂ ਨਹੀਂ ਹੈ ਜਿਵੇਂ ਬਾਹਰਲੇ ਕਈ ਸੂਬਿਆਂ 'ਚ ਜਿਹਨਾਂ ਤੁਸੀਂ ਨਾਂ ਲਏ ਆ ਉੱਥੋਂ ਦੇ ਲੋਕ ਦੇ ਤਾਂ ਤੁਸੀਂ ਦੇਖੋ UP ਦੀ ਗੱਲ ਕੀਤੀ ਤੁਸੀਂ ਬਿਹਾਰ ਦੀ ਗੱਲ ਕੀਤੀ ਉੱਥੋਂ ਦੇ ਤਾਂ ਆ ਕੇ ਲੋਕ ਸਾਡੇ ਇੱਥੇ ਇੰਡਸਟਰੀਆਂ 'ਚ ਕੰਮ ਕਰ ਰਹੇ ਨੇ ਉਹ ਇਹ ਕਿਉਂ ਜਾਣਗੇ ਉੱਥੇ ਕਿਉਂਕਿ ਜੋ ਜੋ ਇੱਥੇ ਉਹਨਾਂ ਨੂੰ ਸੈਲਰੀ ਮਿਲਣੀ ਆ ਜੋ ਉਹਨਾਂ ਨੂੰ ਵੇਜਿਸ ਮਿਲਣੇ ਆ ਜੋ ਉਹਨਾਂ ਨੂੰ ਹੈਲਥ ਸਿਸਟਮ ਦਾ ਮਤਲਬ ਉਹਨਾਂ ਦਾ ਧਿਆਨ ਰੱਖਿਆ ਜਾਣਾ ਉਹ ਬਾਹਰਲੇ ਸੂਬੇ ਤਾਂ ਹੈ ਹੀ ਹੁਣ ਮੁਹੱਲਾ ਕਲੀਨਿਕ ਅਸੀਂ ਕਿਹਨਾਂ ਲਈ ਬਣਾਏ ਇਹਨਾਂ ਨੂੰ ਗਰੀਬ ਲੋਕਾਂ ਲਈ ਬਣਾਏ ਨੇ ਠੀਕ ਆ ਉੱਥੇ ਜਾਣ ਆਪਣਾ ਫ੍ਰੀ ਇਲਾਜ ਕਰਾਉਣ ਆਮ ਡਾਕਟਰ ਦੇ ਜਾਓ 1,500 ਰੁਪਏ ਫੀਸ ਆ ਉੱਥੇ ਤੁਹਾਨੂੰ ਡਾਕਟਰ ਦੀ ਕੰਸਲਟੇਸ਼ਨ ਫ੍ਰੀ ਦਵਾਈ ਫ੍ਰੀ ਟੈਸਟ ਫ੍ਰੀ ਹਰ ਚੀਜ਼ ਫ੍ਰੀ ਹਸਪਿਟੈਲਿਟੀ ਤੁਹਾਨੂੰ ਕਿੰਨੀ ਹੋ ਗਈ ਆ ਫਿਰ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਪੜ੍ਹਾਈ ਦੇਣੀ ਆ ਅਸੀਂ ਫਿਰ ਤੁਸੀਂ 300 ਯੂਨਿਟ ਬਿਜਲੀ ਘਰੇ ਫੂਕੋ ਜੀ ਭਾਈ ਤੁਹਾਡੇ ਤੋਂ ਕੋਈ ਪੈਸਾ ਨਹੀਂ ਇੰਨੀਆਂ ਫੈਸਿਲਿਟੀਆਂ ਹੋਰ ਕਿਹੜੇ ਸੂਬੇ 'ਚ ਨੇ ਜੀ ਤੇ ਪੰਜਾਬ ਉਹੀ ਦੇ ਸਕਦਾ ਇਹ ਅੰਨਦਾਤਾ ਸਾਡਾ ਸਾਰੇ ਹਿੰਦੁਸਤਾਨ ਦਾ ਵਰਲਡ ਦਾ ਢਿੱਡ ਭਰਦਾ ਪੰਜਾਬ ਆ ਜਿਹੜਾ ਇੰਟਰਨੈਸ਼ਨਲ ਪੰਜਾਬ ਕਵਾਂਗਾ ਕਿਉਂਕਿ ਤੁਸੀਂ ਕਿਤੇ ਫੋਰਨ 'ਚ ਕਿਤੇ ਚਲ ਜਾਓ ਕੈਨੇਡਾ ਚਲ ਜਾਓ ਜਰਮਨੀ ਚਲ ਜਾਓ ਨਿਊਜ਼ੀਲੈਂਡ ਚਲ ਜਾਓ UK ਚਲ ਜਾਓ ਹਰ ਪਾਸੇ ਮਿੰਨੀ ਪੰਜਾਬ ਹੈਗਾ ਹੀ ਹੈਗਾ ਸਾਡੇ ਪੰਜਾਬੀ ਉੱਥੇ ਵੱਸਦੇ ਹੱਸਦੇ ਆ ਪਰ ਉਹਨਾਂ ਦਾ ਜੋ ਪਿਆਰ ਔਰ ਜੋ ਲਗਨ ਆ ਇਹ ਸੱਚੀ ਸੁੱਚੀ ਧਰਤੀ ਮਾਂ ਆ ਸਾਡੀ ਪੰਜਾਬ ਦੀ ਮਿੱਟੀ ਨਾਲ ਜੋ ਇੱਥੋਂ ਦੀ ਸੁਗੰਧਿਤ ਮਿੱਟੀ ਆ ਉਹਨਾਂ ਨੂੰ ਖੁਸ਼ਬੂ ਨਹੀਂ ਆਉਣੀ ਠੀਕ ਆ ਬਾਹਰ ਸੈਟਲ ਤਾਂ ਜ਼ਰੂਰ ਹੋ ਗਏ ਨੇ ਪਰ ਉਹਨਾਂ ਦੀ ਰੂਹ ਇੱਥੇ ਹੀ ਵੱਸਦੀ ਆ ਹੁਣ ਵੀ ਤੁਸੀਂ ਦੇਖ ਲਓ ਆਮ NRI ਆਉਂਦੇ ਨੇ ਇੱਥੇ ਉਹ ਯਾਰ ਮੈਂ ਆਪਣੇ ਪਿੰਡ ਤੇ ਗੇਟ ਬਣਵਾਉਣਾ ਮੈਂ ਆਪਣੇ ਪਿੰਡ ਤੇ ਸੜਕ ਬਣਵਾ ਕੇ ਦੇਣੀ ਆ ਮੈਂ ਯਾਰ ਆਪਣੇ ਪਿੰਡ 'ਚ ਸ਼ਮਸ਼ਾਨ ਘਾਟ ਬਣਾਉਣਾ ਉੱਥੇ ਕਿਉਂ ਨਹੀਂ ਬਣਾਉਂਦੇ ਨਹੀਂ ਬਣਾਉਂਦੇ ਉੱਥੇ ਇੱਥੇ ਬਣਾਉਂਦੇ ਨੇ ਕਮਾਈ ਉੱਥੋਂ ਕਰਕੇ ਆਉਂਦੇ ਨੇ ਪੈਸਾ ਪੰਜਾਬ 'ਚ ਲਾਉਂਦੇ ਨੇ ਇਸ ਲਈ ਬਿਲਕੁਲ ਰਿਊਮਰ ਸੀਗਾ ਕੋਈ ਇੰਡਸਟਰੀ ਨਹੀਂ ਜਾ ਰਹੀ ਹੈਗੀ ਇੰਡਸਟਰੀ ਤਾਂ ਆ ਰਹੀ ਆ ਇਸ ਵਕਤ ਕਿਉਂਕਿ ਮੈਂ ਵੀ ਇੰਡਸਟਰੀ ਚੇਅਰਮੈਨ ਰਿਹਾ ਸਾਡੀ ਆਲਮੋਸਟ ਇੰਡਸਟਰੀਲਿਸਟ ਨਾਲ ਮੀਟਿੰਗ ਹੁੰਦੀ ਰਹਿੰਦੀ ਆ ਵੱਡੇ ਵੱਡੇ ਪ੍ਰੋਜੈਕਟ ਲੱਗ ਰਹੇ ਨੇ ਇੱਥੇ ਉਹ ਪਿੱਛੇ ਟਾਟਾ ਵਾਲਿਆਂ ਨੇ ਤੇ ਸਾਈਕਲ ਵੈਲੀ ਦੇ ਵਿੱਚ ਵੱਡਾ ਪ੍ਰੋਜੈਕਟ ਲਾ ਰਹੇ ਨੇ ਟਾਟਾ ਸਟੀਲ ਵਾਲੇ ਪਰ ਇਹਦੇ 'ਚ ਗੋਗੀ ਜੀ ਦੇਖਿਆ ਜਾਵੇ ਜਿਵੇਂ ਵਿਰੋਧੀ ਤਾਂ ਲਗਾਤਾਰ ਸਵਾਲ ਖੜੇ ਕਰਦੇ ਨੇ ਵੀ ਆਮ ਆਦਮੀ ਪਾਰਟੀ ਜਿੰਨੇ ਸੁਪਨੇ ਦਿਖਾਈ ਜਾਂਦੀ ਆ ਉਹਨਾਂ ਤੋਂ ਪੂਰੇ ਨਹੀਂ ਹੋਣੇ ਚਾਹੇ ਗੱਲ ਹੋਵੇ ਕਾਂਗਰਸ ਦੀ ਚਾਹੇ ਹੋਵੇ ਅਕਾਲੀ ਦਲ ਦੀ ਉਹ ਲਗਾਤਾਰ ਸਗੋਂ ਇਸ ਚੀਜ਼ ਨੂੰ ਮਜ਼ਾਕ ਚ ਉਡਾਉਂਦੇ ਨੇ ਹੱਸਦੇ ਨੇ ਕਿ ਆਖਰਕਾਰ ਗੱਲਾਂ ਕਿੰਨੀਆਂ ਮਰਜ਼ੀ ਕਰੀ ਜਾਣੇ ਪੋਸੀਬਲ
कानून अपना काम कर रहा, विजिलेंस अपना काम कर रही है, अजे तो बेल है, ठीक है ना, तो अजे कोई केस चलने है, सारा कुछ चलान पेश होने है, सारा कुछ होना, तो उस तो बाद जो कानून की प्रक्रिया के जोड़ा भी कोई दोषी होएगा उन्होंने दोष तय करके उन्होंने जो वो जो बनती सज़ा मिल जाएगी, जे कोई ठीक निकलिया तो मान योग अदालत उन्होंने बरी कर दूगी। ये तो कोई पोलीटिकल तक कोई किसी का वेंडेटा है ही नहीं ना। पर नाल वो तो एक गल कहते भी जे जब मुहिम चली हुई है, कहते जी कांग्रेस सीधे मत्थे टारगेट करते हैं कि किन्ने ही देखा जाए मंत्री ने जो पुराने पेशियां एक तरह दी विजिलेंस दी भुगत रहे हैं कि हर तीसरे दिन हर दूसरे दिन किसी ना किसी की होंगी है। कि साढ़े मान योग मंत्री MLA साड़ी पार्टी दे की उह तरीका नहीं पुगदे, उह जेल नहीं गए? जे असीं अपना घर पहला साफ करांगे तां ही दूजे दे गुआंढी नूं साफ करांगे ना। असीं तां पहला अपना भी घर नाल जिथे सानूं साढ़े घर च किते गड़बड़ लगदी, असीं तां पहला अपने भी झाड़ू फेरी जांदे आ। इहनां तां फेरना ही फेरना, इहदा चंगा पोचा भी लवांगे, पर असीं अपना झाड़ू फेर के रखदे आ। इहदे च वैसे इक होगी जी, इह जे कहा जावे इक अंदर दी गल है, जिवें तुसीं कारवाइयां करदे होंगे कई पार्टी जो किन्ने, हालांकि विजय सिंह तो शुरुआत जी हुई सी वड्डे तौर ते, उदू बाद तुहानूं नहीं लगता यह आखिरकार भी कितना ना कितने भी जां तां जिवें हुण तुसीं कहा भी तुसीं तां आम लोकां च ही रहिंदे होंगे ज़्यादातर कितें अंदर, वैसे गल्लां हुंदियां ने गियां तुहाडियां जदों मिलदे हो, जिवें कि रात CM दा खाणा ती भावें उत्थें सारे MLA इकट्ठे हुए होंगे भी यार ये की गल है भी कोई माड़ा मोटा कुछ इहनूं कुछ कर नहीं दिंदे हैगे। गल इह आ रात तां साडा जशन सीगा, वो पंजाब के लोगों को सल्यूट करन दा साडा समां सी, जलंधर के लोगों को सल्यूट करन दा समां सी जिन्होंने साडी पार्टी की लाज रखी है और सानू बहुत हैवी मैंडेट दे के साडा MP बनाया, लोक सभा च भेजिया रिंकू साहब नू, ते कहन दा मतलब असी जदों जशन के माहौल च हुन्ने आ उदों फिर असी जशन ही मनाउने हुन्ने आ मित्र, उदों फिर सारी गल्लां सारा सारा दिन ही करनियां ने, जशन वेले जशन ही मनाओ तां चंगी गल्ल। एक लास्ट जो गोगी जी देखा जाए, जिवें आपां आम तौर ते देखदे आं भी अफसरशाही कहिंदे सी बड़े समय तो, हालांकि उदों जदों भगवंत मान होरां ने आपदा पेन चलाया तां बड़ी सख्ती हुंदी देखी गई, अफसरशाही समय दे हिसाब दे नाल बदली जां नहीं बदली हैगी, ते जे गल इह है भी किते किते लोड़ पई तां सख्त कारवाइयां होईयां उहनां ते? देखो अफसरशाही मैं कह रहा भी एक डिस्ट्रिक्ट लेवल ते जिवें आपां चलदे जिवें DC हैड हुंदा, मैं तुहानूं दस्सी जांदा जी, भावें DC होवे भावें चीफ सैकटरी साहब होण कोई हो, कानून एटीकेट सारे लिए बराबर है, एक आम बंदे लिए भी ते पढ़े लिखे बंदे लिए भी, ठीक है, जेड़ा भी इहदे विच कुताही करेगा भावें मैं ही क्यों ना होवां उहदे खिलाफ जो भी कार्रवाई बनती होनी चाहिए और करांगे, इहदे कोई गुरेज नहीं है, क्योंकि असी लॉ एंड आर्डर भी मेनटेन रखना, असी लोगों को गुड गवर्नेंस भी देनी है, अच्छी एडमिनिस्ट्रेशन देनी है, क्योंकि लोग यो लोग जिहड़े सानू वोटां पा के कित्थे तक पहुंचाते हैं, वह लोग लाइना च खड़े रहन, धुप्पे खड़े रहन, गर्मी च खड़े रहन और अफसर उन्हां दी सुनन ना, ये चीज़ हुण बिल्कुल बर्दाश्त नहीं होनी, इसलिए बिल्कुल अफसरां नूं मैं बेनती लाना तुहाडे माध्यम राही, कृपा करके आपां पुरानियां चीज़ां छड्ड के पुरानी आदतां छड्ड के जो लोगों ने सानू इत्थे तक पहुँचाया और जिन्हां लोगों की जेब चो पैसों के नाल तुहानू ते सानू भत्ते मिलते हैं, तनखाह मिलदियां ने, आपां गड्डियां च घूमदे हो, ACAं दी ठंडी छां च रहिंदे हो, शानो शौकत चो, ये सारी जो हैगी आ चीज़ इन्ना आम साडे पंजाब दे लोगों की मेहनत कश कमाई का हिस्सा, ते जे तुसी इन्हां नू कोई भी ऑफिसर होवे भावें पोलीटिकल बंदा होवे साडी नॉलेज आऊगी चीज़ ਤਾਂ ਅਸੀਂ ਉਹਨੂੰ ਜ਼ਰੂਰ ਉਹਦੇ ਉੱਤੇ ਅਸੀਂ ਰਿਵੋਲਟ ਕਰਾਂਗੇ ਔਰ ਉਹ 'ਤੇ ਐਕਸ਼ਨ ਵੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਕਰਾਂਗੇ ਵੀ। ਬਿਲਕੁਲ, ਕਿਉਂਕਿ ਦੇਖੋ ਲੋਕਾਂ ਨੂੰ ਹਮੇਸ਼ਾ ਜੇ ਕਿਹਾ ਜਾਵੇ ਤਾਂ ਆਮ ਤੌਰ 'ਤੇ ਜਦੋਂ ਆਪਦੇ ਕੰਮ ਕਾਜ ਪੈਂਦੇ ਨੇ ਦਫ਼ਤਰਾਂ 'ਚ ਜਾਂਦੇ ਨੇ, ਜੇ ਉੱਥੇ ਕੋਈ ਸੁੱਖ ਦਾ ਸਾਹ ਮਿਲ ਜੇ ਕੰਮ ਇੱਕ ਦਿਨ ਲੇਟ ਹੋ ਜੇ ਲੋਕ ਝੱਲ ਲੈਂਦੇ ਨੇ, ਪਰ ਆਖਿਰਕਾਰ ਪਰੇਸ਼ਾਨੀਆਂ ਤੋਂ ਦੂਰ ਹੋ ਜੇ ਤਾਂ ਇਹ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਜੋ ਚੁਣੇ ਨੇ ਉਹ ਸਾਡੇ ਲਈ ਕੰਮ ਕਰ ਰਹੇ ਨੇ। ਖੈਰ ਗੋਗੀ ਹੋਣਾਂ ਦਾ ਅਸੀਂ ਦੇਖਦੇ ਰਹਿੰਦੇ ਹਾਂ ਕਿ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਇਹਨਾਂ ਦੀਆਂ ਐਕਟੀਵਿਟੀਆਂ ਰਹਿੰਦੀਆਂ ਨੇਗੀਆਂ ਤਾਂ ਇਹ ਬਹੁਤ ਘੱਟ ਸਿਆਸਤਦਾਨਾਂ ਦੇ ਵਿੱਚ ਜੇ ਦੇਖਿਆ ਜਾਵੇ, ਹੁਣ ਤੱਕ ਪੁਰਾਣੇ ਜਦੋਂ ਦੌਰ ਦੇ ਦੇਖਦੇ ਹਾਂ ਤਾਂ ਕਿਸੇ ਕਿਸੇ ਦਾ ਟਾਵਾਂ ਟਾਵਾਂ ਨਾਮ ਸਾਹਮਣੇ ਆਉਂਦਾ ਵੀ ਜਿਹੜਾ ਨੇ ਜਿੱਤਣ ਤੋਂ ਬਾਅਦ ਵੀ ਲੋਕਾਂ ਦੇ ਨਾਲ ਨੇੜਤਾ ਵਧਾਈ ਸਗੋਂ ਉਲਟਾ ਘਟਾਈ ਨਹੀਂ, ਤੇ ਨਾਲ ਇਹ ਵੀ ਹੈ ਕਿ ਆਖਿਰਕਾਰ ਕੰਮਕਾਜ ਦੇ ਵਾਸਤੇ ਚਾਹੇ ਗੱਲ ਅਫਸਰ ਦੁਆਰੇ ਹੋਵੇ ਚਾਹੇ ਗੱਲ ਹੋਵੇ ਆਪਦੇ ਸਰਕਾਰ ਦੇ ਮੂਹਰੇ, ਕਿ ਲਿਆ ਕੇ ਉਹਨਾਂ ਨੂੰ ਮਸਲਿਆਂ ਨੂੰ ਹੱਲ ਵੀ ਕਰਾਇਆ ਹੋਵੇ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ ਰੋਜ਼ਾਨਾ ਸਪੋਕਸਮੈਨ TV ਚੰਡੀਗੜ੍ਹ।